ਅੱਜ ਨਗਰ ਦੀ ਪਾਵਨ ਪਵਿੱਤਰ ਧਰਤੀ ਤੇ ਬਹੁਤ ਹੀ ਅਪਾਰ ਕਿਰਪਾ ਹੋਈ ਕਿ ਭਗਵਾਨ ਸ਼੍ਰੀ ਵਾਲਮੀਕੀ ਜੀ ਮਹਾਰਾਜ ਜੀ ਦਾ ਤੀਰਥ ਸਥਾਨ ਜਿਹੜਾ ਅੰਮ੍ਰਿਤਸਰ ਵਿੱਚ ਹੈ, ਉੱਥੋਂ ਅਖੰਡ ਜੋਤੀ ਜਿਹੜੀ ਜਗ ਰਹੀ ਹੈ ਉੱਥੇ, ਉਸ ਜੋਤੀ ਦੇ ਨਾਲ ਜੋਤੀ ਜਗਾ ਕੇ ਅੱਜ ਨਗਰ ਦੀ ਪਾਵਨ ਪਵਿੱਤਰ ਧਰਤੀ ਭਗਵਾਨ ਸ਼੍ਰੀ ਵਾਲਮੀਕੀ ਜੀ ਮੰਦਰ ਨੰਗਲ ਦੇ ਵਿੱਚ ਜੋਤ ਲੈ ਕੇ ਮੇਰੇ ਛੋਟੇ ਭਾਈ ਰਣਜੀਤ ਲੱਕੀ ਜੀ ਮਿਸਾਲ ਕੌਂਸਲਰ, ਜਿਨ੍ਹਾਂ ਨੂੰ ਰਣਜੀਤ ਲੱਕੀ ਜੀ ਮਿਸਾਲ ਕੌਂਸਲਰ ਜਿਨ੍ਹਾਂ ਨੂੰ ਪਿਛਲੇ ਦਿਨਾਂ ਭਗਵਾਨ ਵਾਲਮੀਕੀ ਜੀ ਤੀਰਥ ਸਫਲ ਸਭਾ ਦਾ ਅਧਿਆਕਸ਼ ਵੀ ਬਣਾਇਆ ਥਾ, ਉਹਨਾਂ ਨੇ ਇਹ ਬਹੁਤ ਬੜਾ ਉਪਰਾਲਾ ਕੀਤਾ, ਅੰਮ੍ਰਿਤਸਰ ਤੋਂ ਜੋਤ ਲੈ ਕੇ ਆਏ। ਅੱਜ ਪੂਰਾ ਵਾਲਮੀਕੀ ਸਮਾਜ, ਪੂਰਾ ਹਿੰਦੂ ਸਮਾਜ ਸਾਰੀ ਜਾਤ ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਏਕਤਾ ਨੂੰ ਦੱਸਦੇ ਹੋਇਆਂ ਇਸ ਜੋਤੀ ਦਾ ਬਹੁਤ ਸਵਾਗਤ ਕੀਤਾ ਔਰ ਭਗਵਾਨ ਵਾਲਮੀਕੀ ਜੀ ਦੇ ਪਾਵਨ ਪਵਿੱਤਰ ਸਥਾਨ 'ਚ ਜੋਤੀ ਰੱਖ ਕੇ ਸਭ ਨੇ ਨਤਮਸਤਕ ਹੋ ਕੇ ਇਹਨੂੰ ਪ੍ਰਣਾਮ ਕੀਤਾ ਔਰ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਜੋਤੀ ਲਿਆਉਣ ਦਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈ ਕਿ ਜਿੱਥੇ ਵੀ ਰਾਮ ਚਰਿੱਤਰ ਮਾਨਸ ਰਾਮਲੀਲਾ ਨੰਗਲ ਦੇ ਵਿੱਚ ਲਗਭਗ 7-8 ਜਗ੍ਹਾ ਹੋ ਰਹੀਆਂ, ਇਹ ਜੋਤੀ ਉੱਥੇ ਲੈ ਕੇ ਜੋਤੀ ਦੇ ਨਾਲ ਜੋਤ ਜਗਾਈ ਜਾਏਗੀ। ਕਿਉਂਕਿ ਅੱਜ ਤੱਕ ਜੋ ਪ੍ਰਭੂ ਰਾਮ ਦੀ ਲੀਲਾ ਹੁੰਦੀ ਹੈ, ਭਗਵਾਨ ਵਾਲਮੀਕੀ ਜੀ ਨੇ ਰਾਮ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਰਾਮਾਇਣ ਜਿਹੜੀ ਸੀ ਉਹ ਲਿਖ ਦਿੱਤੀ ਸੀ। ਭਗਵਾਨ ਵਾਲਮੀਕੀ ਜੀ ਦੀ ਜਿਹੜੀ ਰਾਮਾਇਣ ਹੈ ਉਹ ਜਿਹੜੀ ਅਸੀਂ ਉਹਦੀ ਰਚਨਾ ਹੈ ਉਹ ਰਾਮਲੀਲਾ ਦੇ ਰੂਪ ਦੇ ਵਿੱਚ ਸਟੇਜਾਂ ਤੇ ਕਰਦੇ ਹਾਂ, ਪਰ ਲੇਕਿਨ ਭਗਵਾਨ ਵਾਲਮੀਕੀ ਜੀ ਨੂੰ ਕਦੇ ਨਾ ਕਦੇ ਅਸੀਂ ਸੋਚਦੇ ਸੀ ਕਿ ਪਿੱਛੇ ਰਹਿੰਦੇ। ਅੱਜ ਸਾਰੀ ਸਮਰੱਥਾ ਨੇ, ਸਾਰੇ ਹਿੰਦੂ ਧਰਮ ਨੇ, ਵਾਲਮੀਕੀ ਸਭਾ ਨੇ, ਹੋਰ ਵੀ ਸੰਸਥਾਵਾਂ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ। ਮੈਂ ਆਪਣੇ ਵੱਲੋਂ ਆਪਣੇ ਮਹੇਸ਼ ਕਾਲੀਆ ਜੀ ਤੇ ਸਾਰੇ ਹੀ ਪਾਰਟੀ ਦੇ ਜਿਹੜੇ ਕਾਰਿਆਕਰਤਾ ਹੈ ਔਰ ਨਗਰ ਸ਼ਹਿਰ ਦੇ ਇੱਕ ਇੱਕ ਨਿਵਾਸੀ ਵੱਲੋਂ ਬਹੁਤ ਬਹੁਤ ਵਧਾਈ ਤੇ ਸ਼ੁਭਕਾਮਨਾ ਦਿੰਦਾ ਜੋ ਅੱਜ ਇਹ ਉਪਰਾਲਾ ਹੋਇਆ। ਬਹੁਤ ਬਹੁਤ ਵਧਾਈ, ਬਹੁਤ ਬਹੁਤ ਸ਼ੁਭ। ਜੀ ਲੱਕੀ ਭਾਜੀ, ਇਲਾਕੇ ਵਿੱਚ ਇੱਕ ਨੇਕ ਨਾਲੇ ਨਵੇਕਲਾ ਉਪਰਾਲਾ ਕੀਤਾ ਗਿਆ, ਕਾਫੀ ਚਰਚਾ ਹੋ ਰਹੀ ਹੈ, ਅਖੰਡ ਜੋਤ ਲਿਆਂਦੀ ਗਈ ਹੈ, ਇਹਦੇ ਬਾਰੇ ਸਾਰੀ ਡਿਟੇਲ 'ਚ ਦੇ ਦਿਓ ਜਾਣਕਾਰੀ। ਕਿਵੇਂ ਮਨ ਵਿੱਚ ਵਿਚਾਰ ਬਣਿਆ ਜਿਹੜਾ ਇਹ ਉਪਰਾਲਾ ਕੀਤਾ? ਅੱਜ ਉਹ ਬਹੁਤ ਹੀ ਇਤਿਹਾਸਿਕ ਪਲ, ਜਿਸ ਪਲ ਦਾ ਅਸੀਂ ਅੱਜ ਹਿੱਸਾ ਬਣੇ, ਮੈਂ ਜਿੱਥੇ ਸਭ ਤੋਂ ਪਹਿਲਾਂ ਪ੍ਰਮਾਤਮਾ ਵਾਲਮੀਕੀ ਦੇ ਚਰਨਾਂ 'ਚ ਨਤਮਸਤਕ ਹੁੰਦਾ, ਬੜਾ ਖੁਸ਼ੀ ਦੇ ਨਾਲ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਸਮਿਆਂ ਦੇ ਵਿੱਚ ਰਾਮਲੀਲਾ ਦਾ ਮੰਚਨ ਹੁੰਦਾ ਸੀ, ਪਰ ਉਸ ਮੰਚਨ ਦੇ ਜਿਹੜੇ ਕਿਰਦਾਰ ਹੈ ਉਹਨਾਂ ਦੇ ਜਿਹੜੇ ਰਚਾਇਤਾ ਪ੍ਰਮਾਤਮਾ ਵਾਲਮੀਕੀ ਦੀ ਰਮਾਇਣ ਦੀ ਚਰਚਾ ਜਿਹੜੀ ਇਹਨਾਂ ਰਾਮ ਦੇ ਸੱਜੇ ਤੇ ਨਹੀਂ ਹੁੰਦੀ ਸੀ, ਤੇ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਸੀ ਕਿ ਸਾਨੂੰ ਕਿਤੇ ਥੋੜਾ ਦੂਰ ਰੱਖਿਆ ਜਾ ਰਿਹਾ। ਸੋ ਸਮਾਜ ਦੇ ਵਿੱਚ ਇਹ ਇੱਕ ਖਾਈ ਬਣ ਚੁੱਕੀ ਸੀ, ਪਰ ਸਮਰੱਸਾ ਦੇ ਰਸਤੇ ਦੇ ਉੱਪਰ ਚੱਲਦੇ ਹੋਏ ਅੱਜ ਅਸੀਂ ਜਿਹੜਾ ਪ੍ਰਮਾਤਮਾ ਵਾਲਮੀਕੀ ਪ੍ਰਾਂਗਣ ਅੰਮ੍ਰਿਤਸਰ ਗਏ, ਜਿੱਥੋਂ ਅਸੀਂ ਪਾਵਨ ਤੀਰਥ ਜਿਹੜੀ ਜੋਤੀ ਲੈ ਕੇ ਅੱਜ ਇੱਥੇ ਪਹੁੰਚੇ ਹਾਂ ਔਰ ਪ੍ਰਮਾਤਮਾ ਵਾਲਮੀਕੀ ਨੰਗਲ ਵਿੱਚ ਇਹਨੂੰ ਸੁਸੱਜਿਤ ਕੀਤਾ ਗਿਆ, ਜਿੱਥੇ ਪੂਰੇ ਆਦਰ ਸਨਮਾਨ ਦੇ ਨਾਲ ਉਸ ਜੋਤੀ ਨੂੰ ਸੁਸੱਜਿਤ ਕੀਤਾ ਗਿਆ। ਇਹਦੇ ਇਸ ਤੋਂ ਪਹਿਲਾਂ ਇੱਕ ਸਾਰੀਆਂ ਰਾਮਲੀਲਾਵਾਂ ਦੁਆਰਾ ਇੱਕ ਮੀਟਿੰਗ ਕੀਤੀ ਗਈ ਸੀ, ਜਿਹਦੇ ਵਿੱਚ ਇੱਕ ਸਮਿਤੀ ਬਣਾਈ ਗਈ ਔਰ ਸਮਿਤੀ ਦਾ ਮੈਨੂੰ ਅਧਿਆਕਸ਼ ਬਣਾਇਆ ਗਿਆ ਸਾਰੀਆਂ ਰਾਮਲੀਲਾ ਕਮੇਟੀਆਂ ਦਾ। ਤੇ ਉਸ ਤੋਂ ਬਾਅਦ ਜਿਹੜਾ ਅਸੀਂ ਪਾਵਨ ਤੀਰਥ ਤੇ ਗਏ ਔਰ ਅੱਜ ਇਸ ਇਤਿਹਾਸਿਕ ਪਲ ਦਾ ਅਸੀਂ ਹਿੱਸਾ ਬਣੇ, ਅੱਜ ਇਹ ਜੋਤੀ ਜਿਹੜੀ ਇੱਥੇ ਸੁਸੱਜਿਤ ਕੀਤੀ ਗਈ ਹੈ। ਇਸ ਤੋਂ ਉਪਰੰਤ ਹੁਣ ਇਹ ਜੋਤੀ ਜਿਹੜੀ ਅਸੀਂ ਵੱਖ ਵੱਖ ਰਾਮਲੀਲਾ ਸਟੇਜਾਂ ਤੇ ਲੈ ਕੇ ਜਾਵਾਂਗੇ, ਜਿੱਥੇ ਇਸ ਜੋਤੀ ਨੂੰ ਸੁਸੱਜਿਤ ਕੀਤਾ ਜਾਏਗਾ, ਇਸ ਦੇ ਨਾਲ ਪ੍ਰਮਾਤਮਾ ਵਾਲਮੀਕੀ ਦਾ ਚਿੱਤਰ ਔਰ ਰਮਾਇਣ ਦੀ ਉਹਨਾਂ ਨੂੰ ਜਿਹੜੀ ਪ੍ਰਤੀ ਦਿੱਤੀ ਜਾਵੇਗੀ। ਇਸ ਦੇ ਨਾਲ ਜਿਹੜਾ ਪਿਛਲੇ ਦਿਨੀ ਸਮਾਜ ਦੇ ਵਿੱਚ ਕੋਈ ਪ੍ਰਮਾਤਮਾ ਵਾਲਮੀਕੀ ਬਾਰੇ ਕੂੜ ਪ੍ਰਚਾਰ ਹੁੰਦਾ ਸੀ,
ਔਰ ਐਟਰੋਸਿਟੀ ਐਕਟ ਦੇ ਪਰਚੇ ਦਰਜ ਹੁੰਦੇ ਸੀ, ਕਦੇ ਨਾ ਕਿਤੇ ਪਾੜਾ ਬਹੁਤ ਵੱਧ ਚੁੱਕਿਆ ਸੀ। ਤੇ ਜਿਵੇਂ ਹੁਣ ਅੱਜ ਰਾਮਲੀਲਾ ਮੰਚਨ ਤੋਂ ਇਹ ਪ੍ਰਮਾਤਮਾ ਵਾਲਮੀਕਿ ਜੀ ਦੇ ਕਿਰਤਨ ਤੇ ਰਮਾਇਣ ਬਾਰੇ ਜਿਹੜਾ ਉੱਥੇ ਵਖਾਣ ਕੀਤਾ ਜਾਵੇਗਾ ਮੰਚਨ ਕਰਤਾਵਾਂ ਦੁਆਰਾ, ਇੱਥੇ ਬੈਠੀ ਮਾਤਰ ਸ਼ਕਤੀ ਔਰ ਬੱਚੇ ਜਿਹਨਾਂ ਦੇ ਵਿੱਚ ਪ੍ਰਮਾਤਮਾ ਵਾਲਮੀਕਿ ਜੀ ਦਾ ਸਹੀ ਦਿਸ਼ਾ ਔਰ ਦਸ਼ਾ ਦੇ ਬਾਰੇ ਉਹਨਾਂ ਨੂੰ ਪਤਾ ਲੱਗੇਗਾ। ਮੈਨੂੰ ਲੱਗਦਾ ਕਿ ਇਹ ਜਿਹੜਾ ਕਦਮ ਹੈ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਭ੍ਰਾਂਤੀਆਂ ਫੈਲਦੀਆਂ ਸੀ ਉਹਨਾਂ ਤੇ ਵਿਰਾਮ ਲੱਗੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਵਾਲਮੀਕਿ ਲੇਵਾ ਜਿਹੜੀ ਸੰਗਤ ਹੈ ਉਹ ਜਿਹੜਾ ਵੱਧ ਜਾਏਗੀ ਔਰ ਪ੍ਰਮਾਤਮਾ ਵਾਲਮੀਕਿ ਸੰਗਤ ਜਿਹੜੀ ਹੈ ਉਹ ਆਪਣੇ ਆਪ ਨੂੰ ਪਹਿਲਾਂ ਠਗਿਆ ਮਹਿਸੂਸ ਕਰਦੀ ਸੀ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਵਧੀਆ ਮਹਿਸੂਸ ਕਰੇਗੀ, ਕਿਉਂਕਿ ਧਰਮਾਂਤਰਨ ਦਾ ਜਿਹੜਾ ਮੁੱਦਾ ਬਹੁਤ ਵੱਧਦਾ ਜਾ ਰਿਹਾ ਔਰ ਇੱਕੋ ਹੀ ਸਮਾਜ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਧਰਮਾਂਤਰਨ ਹੋ ਰਿਹਾ ਤੇ ਕਿਤੇ ਨਾ ਕਿਤੇ ਇਸ ਪਹਿਲਕਦਮੀ ਦੇ ਨਾਲ ਧਰਮਾਂਤਰਨ ਦੇ ਉੱਪਰ ਵੀ ਜਿਹੜਾ ਰੋਕ ਲੱਗੇਗੀ, ਕਿਉਂਕਿ ਇਹਦੇ ਨਾਲ ਸਮਰੱਸਤਾ ਪੈਦਾ ਹੋਵੇਗੀ। ਸਮਰੱਸਤਾ ਦੇ ਨਾਲ ਅਸੀਂ ਆਪਣਾ ਜਿਹੜਾ ਹਿੰਦੂ ਧਰਮ ਹੈ ਉਹਦੇ ਨਾਲ ਆਪਣਾ ਅਨਿੱਖੜਵਾ ਅੰਗ ਬਣ ਕੇ ਜਿਹੜਾ ਅੱਗੇ ਆਉਣ ਵਾਲੇ ਸਮੇਂ 'ਚ ਆਪਣਾ ਮਹਿਸੂਸ ਕਰਾਂਗੇ ਔਰ ਇਹਦੀ ਸਮਰੱਸਤਾ ਦੀ ਭਾਵਨਾ ਪੈਦਾ ਹੋਏਗੀ। ਇਸ ਭਾਵਨਾ ਦੇ ਨਾਲ ਜਿਹੜੀ ਜੋਤੀ ਉੱਥੇ ਲਿਆਂਦੀ ਗਈ ਹੈ ਜੀ ਸੁਰੇਸ਼ ਜੀ, ਇਲਾਕੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਅੰਮ੍ਰਿਤਸਰ ਦੇ ਪਵਿੱਤਰ ਮੰਦਿਰ ਵਿੱਚੋਂ ਅਖੰਡ ਜੋਤ ਲਿਆਂਦੀ ਗਈ ਤੇ ਜਿਹੜਾ ਨੇਕ ਉਪਰਾਲਾ ਇਸ ਇਲਾਕੇ ਵਿੱਚ ਕਾਫੀ ਚਰਚਾ ਹੈ, ਕਦੋਂ ਲੈਣ ਗਏ ਸੀਗੇ, ਕੌਣ ਕੌਣ ਲੈਣ ਗਏ ਸੀਗੇ ਤੇ ਕਦੋਂ ਪਹੁੰਚੇ ਉਹਦੇ ਬਾਰੇ ਸਾਰੀ ਜਾਣਕਾਰੀ ਡਿਟੇਲ 'ਚ ਦੇ ਦਿਓ। ਤੇ ਆਪਾਂ ਥੋੜੇ ਦਿਨ ਪਹਿਲਾਂ ਹੀ ਇੱਕ ਚੀਜ਼ ਡਿਸਾਈਡ ਕੀਤੀ ਸੀ ਕਿ ਜਿੰਨੇ ਵੀ ਆਪਣੀ ਰਾਮਲੀਲਾ ਖੇਤਰ ਹੈਗੇ ਆ ਨੰਗਲ ਦੇ ਅੰਦਰ ਜਿੱਥੇ ਵੀ ਰਾਮਲੀਲਾ ਦਾ ਮੰਚਨ ਹੁੰਦਾ ਅਸੀਂ ਉਹਨਾਂ ਦੀ ਇੱਕ ਸਮਿਤੀ ਬਣਾਈ ਹੈ, ਤਿਆਰ ਕੀਤਾ ਸੀ ਤੇ ਇੱਕ ਉਪਰਾਲਾ ਕੀਤਾ ਹੈ ਕਿ ਸਾਰੇ ਸਮਾਜ ਵਿਭਿੰਨ ਖੇਤਰਾਂ ਦੇ ਸਮਾਜ ਸਾਡੇ ਨਾਲ ਜੁੜਨ। ਇਹਦਾ ਕਾਰਨ ਇਹ ਸੀਗਾ ਕਿ ਭਗਵਾਨ ਰਾਮ ਦਾ ਅਸੀਂ ਮੰਚਨ ਤਾਂ ਕਰਦੇ ਹਾਂ ਪਰ ਜਿੱਥੋਂ ਮੇਨ ਧੁਰੀ ਹੈ ਆਪਣਾ ਭਗਵਾਨ ਵਾਲਮੀਕਿ ਜੀ ਦਾ ਤੀਰਥ ਸਥਾਨ ਉੱਥੋਂ ਕੋਈ ਵੀ ਸਾਡਾ ਸੰਦੇਸ਼ ਨਹੀਂ ਜਾਂਦਾ ਸੀ ਸਮਾਜ ਤੱਕ। ਅੱਜ ਇਸੀ ਚੀਜ਼ ਨੂੰ ਦੇਖਦੇ ਹੋਏ ਸਾਰੇ ਰਾਮਲੀਲਾ ਦੇ ਸੰਗਠਨ ਜਿਹੜਾ ਵੀ ਨੰਗਲ ਦੇ ਵਿੱਚ ਸੀ ਉਪਰਾਲਾ ਸੀਗਾ ਆਪਾਂ ਉੱਥੋਂ ਇੱਕ ਪਾਵਨ ਜੋਤ ਲਿਆ ਕੇ ਹਰ ਖੇਤਰ ਦੇ ਵਿੱਚ ਜਿੱਥੇ ਤੇ ਰਾਮਲੀਲਾ ਹੋ ਰਹੀ ਹੈ ਉੱਥੇ ਸਥਾਪਿਤ ਕਰਾਂਗੇ ਤੇ ਆਪਸੀ ਭਾਈਚਾਰਾ ਔਰ ਸਮਰਸਤਾ ਦਾ ਭਾਵ ਰੱਖਦੇ ਹੋਏ ਆਪਾਂ ਇਹ ਉਪਰਾਲਾ ਕੀਤਾ। ਇਹਦੇ ਵਿੱਚ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਆਏਗਾ, ਉਹ ਮੈਸੇਜ ਹੋਏਗਾ ਆਪਸੀ ਭਾਈਚਾਰਾ। ਇਹਦੇ ਵਿੱਚ ਕੋਈ ਭੇਦਭਾਵ ਨਹੀਂ, ਕੋਈ ਊਂਚ ਨੀਚ, ਕੋਈ ਜਾਤ ਪਾਤ ਨਹੀਂ ਹੈ, ਸਭ ਬਰਾਬਰ ਹੈ, ਇੱਕ ਸਮਰਸਤਾ ਦੇ ਅੰਦਰ ਆਉਂਦੇ ਆ ਔਰ ਸਾਰੇ ਇੱਕ ਭਾਈ ਹੈ। ਇਸ ਲਈ ਇਹ ਉਪਰਾਲਾ ਸੀਗਾ ਵੀ ਹਰ ਜਗ੍ਹਾ ਦੇ ਵਿੱਚ ਭਗਵਾਨ ਮਾਲਕ ਵਾਲਮੀਕਿ ਜੀ ਦਾ ਆਪਾਂ ਮੰਚਨ ਤਾਂ ਕਰਦੇ ਹਾਂ ਪਰ ਉੱਥੇ ਉਹਨਾਂ ਦਾ ਚਿੱਤਰ ਨਹੀਂ ਹੁੰਦਾ ਸੀਗਾ, ਉਹਨਾਂ ਦੀ ਪੂਜਾ ਨਹੀਂ ਹੁੰਦੀ ਸੀ। ਅੱਜ ਆਪਾਂ ਨੇ ਉਪਰਾਲੇ ਦਾ ਹਰ ਜਗ੍ਹਾ ਜਿੱਥੇ ਵੀ ਰਾਮਲੀਲਾ ਹੋਏਗੀ ਭਗਵਾਨ ਵਾਲਮੀਕਿ ਜੀ ਦਾ ਚਿੱਤਰ ਵੀ ਲੱਗੇਗਾ ਤੇ ਉਹਨਾਂ ਦੀ ਪੂਜਾ ਵੀ ਹੋਏਗੀ, ਨਾਲ ਅਖੰਡ ਜੋਤ ਜਲੇਗੀ 10 ਦਿਨ ਲਗਾਤਾਰ। ਧੰਨਵਾਦ।